ਇਦਾਂ ਨਹੀਂ ਕੋਈ ਰੋਦਾ ਹੁੰਦਾ ਵੀ ਇੱਕ ਕਿਰੀ ਦਾ ਗਾਹ ਤਾਂ ਮੈਂ ਵੀ ਪਾ ਸਕਦਾ ਕੋਈ ਚੱਕਰ ਨਹੀਂ ਜਾ ਰਿਹਾ ਕਿ ਹੋ ਸਕਦਾ ਕਿ ਇਹਨਾਂ ਦੋਵਾਂ ਨੇ ਕੋਲੈਬੋਰੇਸ਼ਨ ਕਰਨੀ ਹੋਵੇ ਫਿਊਚਰ ਦੇ ਵਿੱਚ ਉਹਦੇ ਵਾਸਤੇ ਬਿਲਡ ਅਪ ਕਰ ਰਹੇ ਹੋਣ ਕਿ ਕੁਛ ਨਾ ਕੁਛ ਵਧੀਆ ਹੋਣ ਵਾਲਾ ਵੱਡਾ ਹੋਣ ਵਾਲਾ ਤੇ ਉਹਦੇ ਵਾਸਤੇ ਸਾਰੀ ਪਬਲਿਸਿਟੀ ਹੈ ਪਬਲਿਸਿਟੀ ਤਾਂ ਕੋਈ ਨਹੀਂ ਜੀ ਆਪਣੇ ਵੱਲੋਂ ਤਾਂ ਕੋਈ ਪਬਲਿਸਿਟੀ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਧੜਕਣ ਪੰਜਾਬੀ ਉੱਪਰ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਗਾਇਕ ਕਰਨ ਔਜਲਾ ਦੇ ਨਵੇਂ ਗਾਣੇ ਹਾਂ ਹੈਗਿਆਂ ਨੇ ਇੰਡਸਟਰੀ ਵਿੱਚ ਇੱਕ ਵੱਖਰਾ ਰਿਕਾਰਡ ਬਣਾ ਦਿੱਤਾ ਜੋ ਕਿ ਵਿਰੋਧੀਆਂ ਲਈ ਇੱਕ ਵੱਡਾ ਜਵਾਬ ਵੀ ਰਿਹਾ ਜੀ ਹਾਂ ਕਰਨ ਔਜਲਾ ਜਿਨ੍ਹਾਂ ਨੇ ਆਪਣੀ ਨਵੀਂ ਰਿਲੀਜ਼ ਹੋਣ ਵਾਲੇ ਗਾਣੇ ਹਾਂ ਹੈਗਿਆਂ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਸਾਰਿਆਂ ਨਾਲ ਸ਼ੇਅਰ ਕੀਤਾ ਸੀ ਪੋਸਟਰ ਦੇ ਸ਼ੇਅਰ ਹੁੰਦਿਆਂ ਹੀ ਔਜਲੇ ਦੇ ਫੈਨਸ ਨੇ ਜਿੱਥੇ ਇਸ ਦੀ ਪੂਰੀ ਹਮਾਇਤ ਕੀਤੀ ਉੱਥੇ ਵਿਰੋਧੀਆਂ ਵਿੱਚ ਵੀ ਇਸ ਗਾਣੇ ਦੀ ਚਰਚਾ ਛਿੜ ਗਈ ਇਸ ਦਾ ਮੁੱਖ ਕਾਰਨ ਇਹ ਬਣਾਇਆ ਜਾਣ ਲੱਗਿਆ ਕਿ ਕਰਨ ਔਜਲਾ ਨੇ ਇਹ ਟਾਈਟਲ ਖਾਸ ਤੌਰ ਤੇ ਸਿੱਧੂ ਮੂਸੇਵਾਲੇ ਨੂੰ ਜਵਾਬ ਦੇਣ ਲਈ ਹੀ ਲਿਖਿਆ ਹੈ ਕਿਉਂਕਿ ਸਿੱਧੂ ਦੇ 69 ਗਿਣ ਟਰੈਕਟਰ ਦੇ ਅੱਗੇ ਪੰਜਾਬੀ ਵਿੱਚ ਲਾਈਨਾਂ ਲਿਖੀਆਂ ਹੋਈਆਂ ਹਨ ਹੈਗਾ ਕੋਈ ਹੋਰ ਤੇ ਕਿਹਾ ਗਿਆ ਕਿ ਉਸ ਦਾ ਜਵਾਬ ਦੇਣ ਲਈ ਹੀ ਕਰਨ ਔਜਲਾ ਨੇ ਇਹ ਗਾਣਾ ਬਣਾਇਆ ਹੋਵੇਗਾ ਪਰ ਦੋਸਤੋ ਇੱਥੇ ਕਰਨ ਔਜਲਾ ਨੇ ਇਹਨਾਂ ਸਭ ਨੂੰ ਗਲਤ ਸਾਬਤ ਕਰ ਦਿੱਤਾ ਜਿਹੜੇ ਕਹਿ ਰਹੇ ਸਨ ਕਿ ਔਜਲਾ ਨੇ ਸਿੱਧੂ ਦੀ ਕਾਪੀ ਕੀਤੀ ਹੈ ਗਾਣੇ ਦੀ ਕੱਲੀ ਕੱਲੀ ਲਾਈਨ ਵਿੱਚ ਜਵਾਬ ਤਾਂ ਵਿਰੋਧੀਆਂ ਨੂੰ ਹੀ ਦਿੱਤੇ ਗਏ ਹਨ ਪਰ ਉਹ ਵਿਰੋਧੀ ਜਿਹੜੇ ਹਰ ਸਮੇਂ ਕਰਨ ਔਜਲਾ ਨੂੰ ਮਾੜਾ ਹੀ ਸਮਝਦੇ ਹਨ ਬੜਾ ਆਪਣਾ ਤਾਂ ਇਦਾਂ ਹੀ ਆ ਵੀ ਜਦ ਕੋਈ ਬੰਦਾ ਥੋੜਾ ਜਿਹਾ ਅਗਲੇ ਨੂੰ ਇਦਾਂ ਹੋ ਜਾਂਦਾ ਨਾ ਥੋੜਾ ਅੰਡਰਐਸਟੀਮੇਟ ਕਰ ਲੈਂਦੇ ਵੀ ਇਹਨਾਂ ਦਾ ਕੜੋ ਵੀ ਹੈਗਾ ਨਾ ਕੋਈ ਇੰਡੀਆ ਨਾ ਇੱਥੇ ਆ ਵੀ ਉਹੀ ਰੋਲ ਦਾਂਗੇ ਆ ਕਰ ਲਾਂਗੇ ਇਦਾਂ ਨਹੀਂ ਕੋਈ ਰੋਲਦਾ ਹੁੰਦਾ ਇਹ ਸਿਰਫ ਵਾਹਿਗੁਰੂ ਸੱਚਾ ਪਾਤਸ਼ਾਹ ਪਰਮਾਤਮਾ ਜੀ ਨੇ ਰੋਲਣਾ ਸਾਨੂੰ ਪਰ ਦੋਸਤੋ ਕਰਨ ਔਜਲਾ ਦੇ ਇਸ ਗਾਣੇ ਨੇ ਰਿਲੀਜ਼ ਹੋਣ ਦੇ ਨਾਲ ਹੀ ਕੁਝ ਮਿੰਟਾਂ ਵਿੱਚ ਹੀ 2 ਲੱਖ ਵਿਊਜ਼ ਹੋ ਗਏ ਜੋ ਕਿ ਇੱਕ ਵੱਖਰਾ ਰਿਕਾਰਡ ਹੈ ਹਾਲਾਂਕਿ ਥੋੜੀ ਦੇਰ ਬਾਅਦ ਹੀ ਇੰਨੇ ਜ਼ਿਆਦਾ ਵਿਊਜ਼ ਆਉਣ ਕਰਕੇ ਯੂਟਿਊਬ ਵੱਲੋਂ 2 ਲੱਖ ਦੇ ਨੇੜੇ ਜਾ ਕੇ ਵਿਊਜ਼ ਰੋਕ ਦਿੱਤੇ ਗਏ ਕਿਉਂਕਿ ਜਦੋਂ ਵੀ ਇਕੱਠੇ ਇੰਨੇ ਜ਼ਿਆਦਾ ਵਿਊਜ਼ ਆਉਂਦੇ ਹਨ ਤਾਂ ਯੂਟਿਊਬ ਦੇ ਐਲਗੋਰਿਦਮ ਕ੍ਰਾਸ ਚੈੱਕ ਕਰਦੇ ਹਨ ਹਾਲਾਂਕਿ 15 ਘੰਟਿਆਂ ਦੇ ਸਮੇਂ ਵਿੱਚ 10 ਲੱਖ ਤੋਂ ਵੀ ਜ਼ਿਆਦਾ ਵਾਰ ਇਸ ਗਾਣੇ ਨੂੰ ਦੇਖਿਆ ਜਾ ਚੁੱਕਿਆ ਪਰ ਜੇਕਰ ਗਾਣੇ ਦੇ ਵਿਊਜ਼ ਨਾ ਰੋਕੇ ਜਾਂਦੇ ਤਾਂ ਹੋ ਸਕਦਾ ਕਿ ਬਾਕੀਆਂ ਦੇ ਰਿਕਾਰਡ ਵੀ ਤੋੜ ਦਿੰਦਾ ਗਾਣੇ ਨੂੰ ਜੇਕਰ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਕਰਨ ਔਜਲਾ ਨੇ ਪੂਰੇ ਗਾਣੇ ਵਿੱਚ ਹੀ ਆਪਣੇ ਦਿਲ ਦੀ ਗੱਲ ਲਿਖੀ ਲੱਗਦੀ ਹੈ ਕਿ ਉਹਨਾਂ ਬਾਰੇ ਕੀ ਕਿਹਾ ਜਾ ਰਿਹਾ ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਲਾਈਵ ਦੌਰਾਨ ਇਹ ਵੀ ਕਿਹਾ ਸੀ ਕਿ ਉਹਨਾਂ ਦੇ ਕਈ ਵੱਡੇ ਗਾਣੇ ਆਲਮੋਸਟ ਤਿਆਰ ਪਏ ਹਨ ਅਤੇ ਇੱਕ ਤੋਂ ਬਾਅਦ ਇੱਕ ਰਿਲੀਜ਼ ਕਰਨਗੇ ਫੈਨਸ ਲਈ ਤੇ ਦੋਸਤੋ ਤੁਹਾਨੂੰ ਵੀ ਕਰਨ ਔਜਲਾ ਦਾ ਹਾਂ ਹੈਗਿਆ ਗਾਣਾ ਬਾਕੀ ਗਾਣੇ ਨਾਲੋਂ ਵਧੀਆ ਲੱਗਿਆ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਧੜਕਣ ਪੰਜਾਬੀ